ਹਾਂਜੀ, ਅੱਜ ਸਾਡਾ ਲਾਤਵੀਆ ਦਾ ਮਹਾਂਦੇਵ ਦਾ ਵੀਜ਼ਾ ਆਇਆ ਅਤੇ ਸਰ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਸਰ ਬਹੁਤ ਬਹੁਤ ਮੁਬਾਰਕਾਂ। ਅਤੇ ਸਭ ਤੋਂ ਪਹਿਲਾਂ ਤੁਸੀਂ ਔਫਿਸ ਦੇ ਵਿੱਚ ਸਾਡੇ ਕੋਲ ਵਿਜ਼ਿਟ ਕੀਤਾ ਸੀਗਾ ਅੱਜ ਤੋਂ 3 ਮਹੀਨੇ ਪਹਿਲਾਂ। ਜੀ ਸਰ। ਅਤੇ ਲਾਤਵੀਆ ਦੇ ਲਈ ਫਾਈਲ ਲਗਾਈ ਸੀ ਅਤੇ ਮੈਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਇਜ਼ਮਾ ਯੂਨੀਵਰਸਿਟੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਇੰਟਰਵਿਊ ਹੋਈ ਸੀ, ਇੰਟਰਵਿਊ ਕਲੀਅਰ ਨਹੀਂ ਹੋਈ ਸੀ। ਹੁਣ ਆਪਾਂ ਅੱਗੇ ਸਾਰਾ ਕੁਝ ਦੱਸਾਂਗੇ ਵੀ ਇੰਟਰਵਿਊ ਕਲੀਅਰ ਨਹੀਂ ਹੋਈ ਸੀ, ਪਰ ਇਹਨਾਂ ਦੇ ਕੌਨਫੀਡੈਂਸ ਨੇ, ਇਹਨਾਂ ਦੀ ਮਿਹਨਤ ਨੇ, ਤੁਹਾਡੇ ਸਾਹਮਣੇ ਵੀਜ਼ਾ ਆਇਆ ਜਿਹੜੇ ਕਹਿੰਦੇ ਕਿ ਇਜ਼ਮਾ ਯੂਨੀਵਰਸਿਟੀ ਦੀ ਫੀਸ ਨਹੀਂ ਰਿਫੰਡ ਆਉਂਦੀ, ਇਜ਼ਮਾ ਯੂਨੀਵਰਸਿਟੀ ਦਾ ਵੀਜ਼ਾ ਨਹੀਂ ਆਉਂਦਾ। ਆ ਉਹਨਾਂ ਨੂੰ ਇੱਕ ਸਿੱਧਾ ਲਾਈਵ ਪਰੂਫ ਹੈ, ਆਹ ਵੀਜ਼ਾ ਜਿਹੜਾ ਲੱਗਿਆ ਕੋਈ ਸਟਿੱਕਰ ਇਹ ਐਵੇਂ ਨਹੀਂ ਲੱਗਿਆ, ਠੀਕ ਹੈ, ਇਹ BFS ਐਂਡ ਵੈਲਪ ਕੋਈ ਐਵੇਂ ਨਹੀਂ ਆਇਆ, ਸਿੱਧਾ ਜੋ ਵੀ ਤੁਹਾਡੇ ਸਾਹਮਣੇ ਹੈ। ਅਤੇ ਹਾਂਜੀ ਸਰ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਤੁਹਾਡੀ ਕੀ ਪ੍ਰੋਫਾਈਲ ਸੀ, ਸਭ ਤੁਸੀਂ ਪ੍ਰੋਫਾਈਲ ਦੱਸੋ ਆਪਣੇ। ਸਰ ਮੈਂ ਪਲੱਸ ਟੂ ਕੀਤੀ ਸੀ 2023 ਆਰਟਸ ਸਟ੍ਰੀਮ 'ਚ। ਪਲੱਸ ਟੂ ਕੀਤੀ ਸੀ 2023 ਦੇ ਵਿੱਚ ਆਰਟਸ ਸਟ੍ਰੀਮ ਦੇ ਨਾਲ। ਕਿੰਨੇ ਪਰਸੈਂਟ ਸੀਗੇ? 69%। 69 ਜੀ ਸਰ। ਅਤੇ ਆਈਲੈਟਸ PT? ਮੇਰੀ PT ਸੀ ਜੀ 58, ਨੋਟ ਲੈਸ ਦੈਨ 51। 51, ਠੀਕ ਹੈ। ਹੁਣ ਤੁਹਾਨੂੰ ਯਾਦ ਹੈ ਜਦੋਂ ਆਪਣੀ ਇਜ਼ਮਾ ਯੂਨੀਵਰਸਿਟੀ 'ਚ ਇੰਟਰਵਿਊ ਹੋਈ ਸੀ? ਜੀ ਸਰ। ਅਤੇ ਉਹਨਾਂ ਨੇ ਇੰਟਰਵਿਊ ਕਲੀਅਰ ਨਹੀਂ ਕੀਤੀ ਸੀ? ਆਪਾਂ ਜੋ ਗੱਲ ਹੈ ਲਾਈਵ ਸੱਚ ਗੱਲ ਦੱਸਣੀ ਹੈ, ਉਹਨਾਂ ਨੇ ਇੰਟਰਵਿਊ ਕਲੀਅਰ ਨਹੀਂ ਕੀਤੀ ਸੀਗੀ, ਅਤੇ ਇੰਟਰਵਿਊ 'ਚ ਸਾਨੂੰ ਕੀ ਕੁਸ਼ਚਨ ਪੁੱਟ ਕੀਤੇ ਸੀਗੇ, ਅਤੇ ਇੰਟਰਵਿਊ ਕਿਉਂ ਨਹੀਂ ਕਲੀਅਰ ਹੋਈ ਸੀ? ਉਹਨਾਂ ਨੇ ਮੇਰੇ ਤੋਂ ਇੰਟਰਵਿਊ 'ਚ ਪੁੱਛਿਆ ਸੀ, ਪਹਿਲਾਂ ਮੇਰਾ ਨਾਮ ਪੁੱਛਿਆ, ਪਲੇਅਰ ਕੈਪੀਟਲ ਪੁੱਛਿਆ ਕਿ ਟਾਈਪ ਕਰੀ ਦੱਸੋ, ਅਤੇ ਉਸ ਤੋਂ ਬਾਅਦ ਐਜੂਕੇਸ਼ਨ ਬਾਰੇ ਪੁੱਛਿਆ ਅਤੇ ਸਟੱਡੀ ਬਾਰੇ ਪੁੱਛਿਆ। ਅਤੇ ਉਹਨਾਂ ਨੇ ਇੰਟਰਵਿਊ ਕਲੀਅਰ ਨਹੀਂ ਕੀਤੀ ਸੀ? ਕਲੀਅਰ ਨਹੀਂ ਕੀਤੀ ਸੀ। ਅਤੇ ਉਹਨਾਂ ਨੇ ਕਿਉਂ ਨਹੀਂ ਕਲੀਅਰ ਕੀਤੀ ਸੀ, ਕਿ ਉਹਨਾਂ ਨੂੰ ਲੱਗਿਆ ਨਹੀਂ? ਜੀ ਸਰ, ਉਹਨਾਂ ਨੂੰ ਲੱਗਿਆ। ਅਤੇ ਫਿਰ ਮੈਨੂੰ ਤੁਹਾਡੀ ਕਾਲ ਆਈ ਸਰ। ਜੀ ਸਰ। ਜੋ ਆਪਾਂ ਲਾਈਵ 'ਚ ਗੱਲ ਕਰ, ਜੋ ਨੈਚੁਰਲ ਗੱਲ ਹੈ, ਮੈਂ ਤੁਹਾਨੂੰ ਕਾਲ ਕੀਤੀ ਸੀਗੀ, ਮੈਂ ਕਿਹਾ ਰਿਕੁਐਸਟ ਕਰੋ ਥੋੜ੍ਹੀ ਸੀ ਅਤੇ ਮੇਲ ਪਾਓ, ਤੁਸੀਂ ਮੇਰੇ ਖਿਆਲ 'ਚ ਸੇਮ ਡੇ ਮੇਲ ਪਾਤੀ ਸੀਗੇ, ਅਤੇ ਉਹਨਾਂ ਦਾ ਰਿਪਲਾਈ ਵੀ ਆ ਗਿਆ ਸੀ 1 ਜਾਂ 2 ਦਿਨਾਂ 'ਚ। ਅਸੀਂ ਮੇਲ ਸਿਰਫ ਇੱਕ ਇਹੀ ਮੇਲ ਪਾਈ ਕਿ ਮੈਂ ਮੰਨਦਾ ਕਿ ਸਟੂਡੈਂਟ ਦੀ ਇੰਟਰਵਿਊ ਕਲੀਅਰ ਨਹੀਂ ਹੋਈ। ਬਿਲਕੁਲ। ਮੈਂ ਇਹ ਅਸੀਂ ਵੀ ਇਹ ਕਲੀਅਰ ਕਰੋ, ਅਸੀਂ ਸਿਰਫ ਇੱਕ ਇਹੀ ਲਿਖਿਆ ਵੀ ਇੱਕ ਕਈ ਵਾਰੀ ਕੋਈ ਸਿਚੁਏਸ਼ਨ ਇਹੋ ਜਿਹੀਆਂ ਹੁੰਦੀਆਂ ਕਿ ਸਟੂਡੈਂਟ ਨਰਵਸ ਹੋ ਜਾਂਦਾ। ਆਪਾਂ ਨੂੰ ਆਉਂਦਾ ਸਾਰਾ ਕੁਛ ਹੈ, ਪਰ ਕਈ ਵਾਰੀ ਆਪਾਂ ਨਰਵਸ ਹੋ ਜਾਂਦੇ ਹਾਂ ਜਾਂ ਆਪਣੇ ਤੋਂ ਬੋਲਿਆ ਨਹੀਂ ਜਾਂਦਾ। ਸੋ ਜਿਸ ਕਰਕੇ ਵੀ ਸਾਨੂੰ ਇੱਕ ਰਿਕੁਐਸਟ ਹੈ ਕਿ ਤੁਸੀਂ ਦੁਬਾਰਾ ਇੰਟਰਵਿਊ ਕਰੋ, ਕਿਉਂਕਿ ਪ੍ਰੋਪਰ ਹੁਣ ਦੇਖੋ ਸਾਡੇ ਨਾਲ ਦੱਸਿਆ ਸਾਡਾ ਪ੍ਰੋਪਰ ਸਾਡਾ ਟਾਈ ਅਪ ਉਹਨਾਂ ਨਾਲ, ਅਤੇ ਉਹਨਾਂ ਨੇ ਰੀਸ਼ਡਿਊਲ ਕਰਤੀ ਇੰਟਰਵਿਊ ਆਪਣੀ ਮਿਲਦਾ 2 ਜਾਂ 3 ਦਿਨਾਂ ਬਾਅਦ। ਹਾਂ, ਮੈਕਸੀਮਮ 4 ਡੇਟ ਸੀਗੇ, 4 ਦਿਨਾਂ ਬਾਅਦ ਦੁਬਾਰਾ 4 ਦਿਨਾਂ ਬਾਅਦ ਇੰਟਰਵਿਊ ਹੋਈ। ਅਤੇ ਉਹ ਤੁਹਾਡੀ ਇੰਟਰਵਿਊ ਕਿਵੇਂ ਹੋਈ ਉਸ ਟਾਈਮ? ਉਸ ਟਾਈਮ ਇੰਟਰਵਿਊ ਬਹੁਤ ਵਧੀਆ ਹੋਈ ਸੀ, ਮਤਲਬ ਮੈਡਮ ਜੋ ਵੀ ਕੁਐਸਚਨ ਪੁੱਛ ਰਹੇ ਸੀ ਸਾਰੇ ਸਮਝ ਆ ਰਹੇ ਸੀ, ਆਨਸਰ ਵੀ ਮੈਂ। ਤੁਹਾਨੂੰ ਆਪ ਨੂੰ ਦਿਲੋਂ ਲੱਗਦਾ ਉਹ ਕੀ ਫਰਕ ਕੀ ਸੀ ਪਹਿਲਾਂ ਇੰਟਰਵਿਊ ਦੇ ਇਸ ਇੰਟਰਵਿਊ 'ਚ? ਤੁਹਾਡਾ ਕੌਨਫੀਡੈਂਸ ਜ਼ਿਆਦਾ ਸੀ ਜੇ ਕੀ ਸਿਸਟਮ ਸੀ ਜਾਂ ਕੁਐਸਚਨ ਈਜ਼ੀ ਸੀਗੇ? ਨਹੀਂ, ਕੌਨਫੀਡੈਂਸ ਵੀ ਜ਼ਿਆਦਾ ਸੀ ਅਤੇ ਕੁਐਸਚਨ ਵੀ ਥੋੜ੍ਹੇ ਈਜ਼ੀ ਸੀਗੇ। ਵੀ ਹੁਣ ਤੁਸੀਂ ਕਹਿੰਦੇ ਕੌਨਫੀਡੈਂਸ ਜ਼ਿਆਦਾ ਸੀ ਪਹਿਲਾਂ ਨਾਲ? ਜੀ ਸਰ। ਅਤੇ ਕੁਐਸਚਨ ਵੀ ਹੁਣ ਈਜ਼ੀ ਸੀਗੇ? ਕੁਐਸਚਨ ਵੀ ਈਜ਼ੀ ਸੀਗੇ, ਅਤੇ ਮਤਲਬ 4 ਜਾਂ 5 ਮਿੰਟ ਇੰਟਰਵਿਊ ਹੋਈ ਸੀ। 4 ਜਾਂ 5 ਮਿੰਟ? ਜੀ ਸਰ। ਠੀਕ ਹੈ। ਅਤੇ ਜਦੋਂ ਤੁਹਾਡੀ ਇੰਟਰਵਿਊ ਕਲੀਅਰ ਹੋਈ ਅਤੇ ਉਸ ਤੋਂ ਬਾਅਦ ਆਪਾਂ ਨੂੰ ਲੱਗਿਆ ਕਿ ਹੁਣ ਸਾਨੂੰ ਟੈਨਸ਼ਨ ਇੱਕ ਚੀਜ਼ ਦੀ ਸੀ ਕਿ ਹੁਣ ਆਪਾਂ ਅਪਲਾਈ ਕਰਤਾ, ਅਤੇ ਅੱਗੇ ਤੁਹਾਨੂੰ ਪਤਾ ਕਿ ਇਹਨਾਂ ਦੀ ਮੇਲ ਆ ਗਈ ਸੀ, ਇਹਨਾਂ ਦੀ ਵੀ ਜਿਹੜਾ ਇਹਨਾਂ ਦਾ ਪ੍ਰੋਸੈਸ ਹੈ ਉਹ 3 ਚੀਜ਼ ਨਾਲ ਡਿਵਾਈਡ ਕੀਤਾ ਜਾਂਦਾ। ਵੀ ਮਤਲਬ ਕਿ ਜਦੋਂ ਆਪਣੀ ਮੈਂ ਟਿਊਸ਼ਨ ਫੀਸ ਪੇ ਕਰਦੀ ਸੀ, ਕਰਨ ਵਾਲੀ ਸੀ ਉਹ, ਇਹਨਾਂ ਦੀ ਕਰਨ ਵਾਲੀ ਸੀਗੀ, ਕਰਨ ਵਾਲੀ ਸੀ ਜੀ। ਵੀ ਮੈਂ ਕਹਿਣ ਦਾ ਮਤਲਬ ਇਹ ਰਿਹਾ ਕਿ ਜੇ ਮੰਨ ਲਓ ਇਨ ਕੇਸ ਵੀਜ਼ਾ ਰਿਜੈਕਟ ਹੁੰਦਾ ਵੀ ਇਜ਼ਮਾ ਦੀ ਫੀਸ ਨਹੀਂ ਵਾਪਸ ਕਰਦੇ,
ਉਹਦਾ ਪਹਿਲਾ ਸਟੈਪ ਤਾਂ ਇਹ ਸੀ ਕਿ ਜੇ ਕੋਈ ਰਿਜੈਕਸ਼ਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਰੀਜ਼ਨ ਆਉਂਦਾ ਵੀ ਜਿਹੜਾ ਕਿ ਆਪਾਂ ਕਹਿ ਦਿੰਦੇ ਜਸਟੀਫਾਈ ਨਹੀਂ ਹੈਗਾ, ਵੀ ਤੁਸੀਂ ਕਹਿਣ ਦਾ ਮਤਲਬ ਕੋਈ ਡਾਕੂਮੈਂਟ ਤੁਸੀਂ ਫੇਕ ਲਾ ਫੇਕ ਲਾਤੇ, ਕੋਈ ਆਪਾਂ ਡਾਕੂਮੈਂਟ ਫੇਕ ਲਾਤੇ, ਕੋਈ ਬੰਦਾ ਡਾਕੂਮੈਂਟ ਫੇਕ ਕਿਉਂ ਲਾਊਗਾ, ਕੋਈ ਡਾਕੂਮੈਂਟ ਫੇਕ ਨਹੀਂ ਲਾਊਗਾ। ਪਰ ਇੱਕ ਮੈਂ ਤੁਹਾਨੂੰ ਰੀਜ਼ਨ ਦੱਸਦਾ ਵੀ ਜੇ ਇਹ ਰੀਜ਼ਨ ਆਉਂਦਾ ਵੀ ਤੁਸੀਂ ਕੋਈ ਡਾਕੂਮੈਂਟ ਫੇਕ ਲਾਏ ਹੈ, ਫਿਰ ਇਜ਼ਮਾ ਵਾਲੇ ਕਹਿੰਦੇ ਅਸੀਂ ਫੀਸ ਨਹੀਂ ਰਿਫੰਡ ਕਰਦੇ। ਡਾਕੂਮੈਂਟ ਫੇਕ ਆਪਾਂ ਨਹੀਂ ਲਾਏ ਪਰ ਫਿਰ ਵੀ ਕਈ ਵਾਰੀ ਆਪਣਾ ਓਰੀਜਨਲ ਡਾਕੂਮੈਂਟ ਵੀ ਅੰਬੈਸੀ ਹੈ, ਅੰਬੈਸੀ ਕੁਛ ਵੀ ਕਰ ਸਕਦੀ ਹੈ, ਉਹ ਕਹਿ ਸਕਦੀ ਹੈ ਕਿ ਤੁਹਾਡਾ ਡਾਕੂਮੈਂਟ ਫੇਕ ਸੀ, ਆਪਾਂ ਨੂੰ ਡਰ ਸੀ। ਦੂਜਾ ਰੀਜ਼ਨ ਦਿੱਤਾ ਉਹਨਾਂ ਨੇ ਵੀ ਤੁਸੀਂ ਆਪਣੀਆਂ 6 ਮਹੀਨੇ ਇਨਕੇਸ ਵੀਜ਼ਾ ਰਿਜੈਕਟ ਹੋ ਗਿਆ, ਤੁਸੀਂ ਆਪਣੀਆਂ ਔਨਲਾਈਨ ਕਲਾਸਾਂ 6 ਮਹੀਨੇ ਲਾਇਓ, ਅਗਲੇ ਮਤਲਬ ਕਿ ਇਨਟੇਕ 'ਚ ਰੈਫਰ ਕਰ ਦਾਂਗੇ। ਪਰ ਜਿਹੜੀ 6 ਮਹੀਨੇ ਕਲਾਸਾਂ ਔਨਲਾਈਨ ਲਗਾਵਾਂਗੇ, ਫੀਸ ਚਲੀ ਗਈ, ਫੀਸ ਵਾਪਸ ਜਮ੍ਹਾਂ ਨਹੀਂ ਆਉਣੀ। ਤੀਜਾ ਰੀਜ਼ਨ ਸੀ ਵੀ ਤੁਸੀਂ ਕੋਈ ਹੋਰ ਸਟੂਡੈਂਟ ਦਾ ਮੰਨ ਲਓ ਨਵਾਂ ਕੇਸ ਅਪਲਾਈ ਕਰਤਾ, ਅਤੇ ਉਹ ਸਟੂਡੈਂਟ ਨੂੰ ਟਿਊਸ਼ਨ ਫੀਸ ਭਰਨ ਦੀ ਜਾਂ ਕੋਈ ਸੀ ਉਹਨੂੰ ਐਡਜਸਟਮੈਂਟ ਤੁਸੀਂ ਮਤਲਬ ਕਿਸ ਤਰ੍ਹਾਂ ਕੁਛ ਵੀ ਉਹਨੂੰ ਕਰਾ ਸਕਦੇ ਹੋ, ਇਹ ਮਤਲਬ ਕਿ 3 ਰੀਜ਼ਨ ਸੀ। ਸੇ ਪਰ ਤੁਹਾਡੇ ਸਾਹਮਣੇ ਹੈ ਵੀਜ਼ਾ ਆਇਆ, ਜਿਹੜਾ ਵੀਜ਼ਾ ਆਉਣਾ ਉਹ 2 ਚੀਜ਼ਾਂ ਨੂੰ ਆਉਣਾ। ਪਹਿਲੀ ਚੀਜ਼ ਜਿਹੜੀ ਹੈਗੀ ਹੈ ਉਹ ਹੈਗੀ ਹੈ ਇੰਟਰਵਿਊ। ਹੁਣ ਇੰਟਰਵਿਊ ਜਿਹੜੀ ਆਈ ਹੈ ਉਹਦੀ ਤੁਹਾਨੂੰ ਦੱਬ ਕੇ ਤਿਆਰੀ ਕਰਵਾਈ ਹੈ ਕਿ ਨਹੀਂ ਕਰਵਾਈ? ਜੀ ਸਰ, ਤਿਆਰੀ ਪੂਰੀ ਕਰਵਾਈ ਹੈ, ਮੈਮ ਨੇ ਪੂਰੀ, ਕਿਉਂਕਿ ਡਿਪੈਂਡ ਹੀ ਹੁਣ ਆਪਣੇ ਇੰਟਰਵਿਊ 'ਤੇ ਰਹਿ ਗਿਆ ਸੀਗਾ। ਜੀ ਸਰ, ਇੰਟਰਵਿਊ ਤਿਆਰੀ ਤੁਹਾਡੇ ਸਾਹਮਣੇ ਹੈ, ਤੁਹਾਨੂੰ ਕਰਵਾਈ। ਈਵਨ ਕਿ ਮੈਨੂੰ ਲੱਗਦਾ ਤੁਸੀਂ ਵੀ ਪ੍ਰੋਪਰ ਔਨਲਾਈਨ ਕਲਾਸਾਂ ਪਾਰਟ ਟਾਈਮ ਅਲੱਗ ਤੋਂ ਸਟਾਰਟ ਕੀਤੀਆਂ। ਜੀ ਸਰ, ਮੈਂ ਸਰ ਨੇ ਵੀ ਕਰਵਾਈ, ਮੈਂ ਵੀ ਕਰਵਾਈ ਅਤੇ ਮੈਂ ਵੀ 8 ਤੋਂ ਕਲਾਸਾਂ ਸਟਾਰਟ ਕੀਤੀ ਸੀ। ਤੁਸੀਂ ਕਿੰਨਾ ਟਾਈਮ ਕਲਾਸਾਂ ਸਟਾਰਟ ਕੀਤੀਆਂ ਆਪਣੀਆਂ ਜਿਹੜੀਆਂ ਆਈਲੈਟਸ ਜਿਹੜੀਆਂ ਆਪਣੇ ਸਪੀਕਿੰਗ ਦੀਆਂ ਸੀਗੀਆਂ? ਮੈਂ ਮਤਲਬ ਜਦੋਂ ਮੇਰਾ ਰਿਜੈਕਸ਼ਨ ਆਇਆ ਫਸਟ ਇੰਟਰਵਿਊ ਦਾ, ਉਸ ਤੋਂ ਬਾਅਦ ਮੈਂ ਕਲਾਸਾਂ ਸਟਾਰਟ ਕੀਤੀਆਂ। ਕਿੰਨਾ ਟਾਈਮ ਤੁਹਾਡੀ ਕਲਾਸ ਹੁੰਦੀ ਸੀ ਉਹ? 1 ਘੰਟੇ ਦੀ। 1 ਘੰਟੇ ਦੀ? ਜੀ ਸਰ। ਅਤੇ ਕੱਲੀ ਸਪੀਕਿੰਗ ਦੀ ਹੁੰਦੀ ਸੀਗੀ? ਜੀ ਸਰ, ਕੱਲੀ ਸਪੀਕਿੰਗ। ਕੀ ਉਸ ਤੋਂ ਬਾਅਦ ਤੁਸੀਂ ਘਰੇ ਜਾ ਕੇ ਕੋਈ ਪੜ੍ਹਦੇ? ਸੱਚ ਦੱਸਣਾ, ਸੱਚ ਨਹੀਂ ਪੜ੍ਹਦੇ? ਨਹੀਂ ਛੱਡੋ, ਜੋ ਵੀ ਸੱਚ ਲਾਈ ਪੜ੍ਹਦਾ ਸੀ ਪਰ ਥੋੜ੍ਹਾ ਪੜ੍ਹਦਾ ਸੀ, ਸਪੀਕਿੰਗ ਨੇ ਥੋੜ੍ਹੀ ਹੈਲਪ ਕੀਤੀ ਮੇਰੀ। ਵੀ 1 ਘੰਟਾ ਤੁਸੀਂ ਰੈਗੂਲਰ ਮਤਲਬ ਕਿ ਕਲਾਸਾਂ ਕਰਦੇ ਸੀ ਅਤੇ ਸਾਡੀ ਇੰਟਰਵਿਊ ਅਲੱਗ ਤੋਂ ਹੁੰਦੀ ਸੀ। ਜੀ, ਅਤੇ ਤੁਹਾਡੀ ਇੰਟਰਵਿਊ ਦਿਨ 'ਚ 3 ਵਾਰ ਹੁੰਦੀ ਸੀ? ਅੱਛਾ, ਦਿਨ 'ਚ 3 ਵਾਰ ਇੰਟਰਵਿਊ ਹੁੰਦੀ ਸੀ। ਸੋ ਜਿਸ ਕਰਕੇ ਤੁਹਾਡੇ ਸਾਹਮਣੇ ਹੈ ਆ ਵੀਜ਼ਾ, ਹੁਣ ਆਪਾਂ ਦਿਖਾਈਏ ਦੁਬਾਰਾ ਤੁਹਾਡੇ ਸਾਹਮਣੇ, ਇਜ਼ਮਾ ਯੂਨੀਵਰਸਿਟੀ ਦਾ ਵੀਜ਼ਾ ਹੁਣ ਆ ਚੁੱਕਿਆ। ਅਤੇ ਹੋਰ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਸਾਹਮਣੇ ਜੋ ਵੀ ਚੀਜ਼ ਹੋਈ ਹੈ? ਫਸਟ ਆਫ ਤਾਂ ਥੈਂਕ ਯੂ ਸੋ ਮਚ ਸਰ। ਜੀ ਜੀ ਸਰ, ਤੁਹਾਡਾ ਬਹੁਤ ਜ਼ਿਆਦਾ ਯੋਗਦਾਨ ਹੈਗਾ ਇਹਦੇ 'ਚ। ਇਹ ਨਹੀਂ ਨਹੀਂ ਸਰ, ਤੁਹਾਡਾ ਸਾਥ ਤੁਸੀਂ ਦੇਖੋ ਅੰਡਰਸਟੈਂਡ ਕੀਤੀ। ਨਹੀਂ ਦੇਖੋ, ਪਹਿਲਾ ਰਿਜੈਕਸ਼ਨ ਆ ਗਿਆ ਅਤੇ ਦੈਨ ਤੁਹਾਨੂੰ ਮੈਂ ਕਾਲ ਕੀਤਾ, ਤੁਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਮੇਲ ਪਾਈ, ਉਹਨਾਂ ਨੇ ਦੁਬਾਰਾ ਰੀਸ਼ੈਡਿਊਲ ਕੀਤਾ, ਫਿਰ ਸਾਨੂੰ ਥੋੜ੍ਹਾ ਸਾ ਪਹਿਲਾਂ ਇੰਟਰਵਿਊ ਕਲੀਅਰ ਹੋ ਗਿਆ, ਸਾਨੂੰ ਕੋਨਫੀਡੈਂਸ ਹੋ ਗਿਆ, ਮੈਂ ਕਿਹਾ ਨਹੀਂ ਹੁਣ ਅੱਗੇ ਵਾਲਾ ਵੀ ਆਪਾਂ ਕੱਢ ਦਾਂਗੇ। ਦੈਨ ਫਿਰ ਮੈਡਮ ਨੇ ਵੀ ਦਿਨ 'ਚ ਦੋ ਤਿੰਨ ਵਾਰ ਕਾਲ ਕਰਦੇ ਸੀਗੇ, ਇਹ ਅਟੈਂਡ ਵੀ ਨਹੀਂ ਕਰਦਾ ਸੀ, ਦੁਬਾਰਾ ਉਹ ਕਾਲ ਕਰ ਲੈਂਦੇ ਸੀਗੇ ਅਗਰ ਬਿਜ਼ੀ ਹੁੰਦਾ ਸੀ। ਮਤਲਬ ਪੂਰਾ ਸਪੋਰਟ ਕੀਤਾ ਮੈਡਮ ਹੋਰਾਂ ਨੇ ਵੀ, ਥੋੜ੍ਹੀ ਇਹਨਾਂ ਨੇ ਵੀ ਕਲਾਸ ਲਾਈਆਂ, ਮਤਲਬ ਦੋਨਾਂ ਦਾ ਮਿਲ ਕੇ ਯੋਗਦਾਨ ਹੋ ਕੇ ਦੈਨ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ। ਜਦੋਂ ਫੰਡ ਸ਼ੋ ਕਰਨਾ, ਕਦੇ ਵੀ ਜ਼ਿੰਦਗੀ ਦੇ ਵਿੱਚ ਬ੍ਰਦਰ ਸਿਸਟਰ ਦੇ ਫੰਡ ਆਪਾਂ ਸ਼ੋ ਨਹੀਂ ਕਰ ਸਕਦੇ ਕਦੇ ਵੀ। ਜੇ ਤੁਸੀਂ ਬ੍ਰਦਰ ਸਿਸਟਰ ਦੇ ਫੰਡ ਸ਼ੋ ਕਰੋਗੇ ਨਾ, ਉਹਦੇ ਨਾਲ 100% ਤਾਂ ਨਹੀਂ ਮੈਂ ਕਹਿੰਦਾ, 1-80% ਕਹਿ ਦਿੰਦਾ ਵੀਜ਼ਾ ਰਿਜੈਕਟ ਹੋਊਗਾ। ਕਿਉਂਕਿ ਜਿਹੜਾ ਆਪਾਂ ਸਪੋਂਸਰਸ਼ਿਪ ਲੈ ਸਕਦੇ ਹਾਂ, ਜਾਂ ਤਾਂ ਤੁਸੀਂ ਆਪਣੇ ਆਪ ਨੂੰ ਸਪੋਂਸਰ ਕਰੋ, ਸਾਰੇ ਫੰਡ ਤੁਸੀਂ ਆਪਣੇ ਅਕਾਊਂਟ 'ਚ ਕਰੋ, ਜਾਂ ਤੁਸੀਂ ਫਾਦਰ ਦੇ, ਜਾਂ ਤੁਸੀਂ ਮਦਰ ਦੇ, ਜਾਂ ਦਾਦਾ ਦਾਦੀ ਦੇ,
ਬਟ ਤੁਸੀਂ ਬ੍ਰਦਰ ਸਿਸਟਰ ਦੇ ਫੰਡ ਬਿਲਕੁਲ ਵੀ ਫੰਡ ਸ਼ੋਅ ਨਹੀਂ ਕਰ ਸਕਦੇ। ਹਾਂ ਸ਼ੋਅ ਕਰ ਸਕਦੇ ਹੈ ਪਰ ਉਹਦੇ ਨਾਲ ਇੱਕ ਵੀਜ਼ਾ ਆਊ ਨਾ ਆਊ ਉਸ ਦੀ ਆਪਣੀ ਗਰੰਟੀ ਨਹੀਂ ਹੈਗੀ। ਅਤੇ ਬਸ ਮੇਨ ਜਿਹੜੀ ਢੁੱਕਦੀ ਸੀ ਗੱਲ ਉਹ ਸਾਰੀ ਆਪਣੀ ਇੰਟਰਵਿਊ 'ਤੇ ਹੀ ਢੁੱਕਦੀ ਸੀ ਵੀ ਆਪਣੀ ਇੰਟਰਵਿਊ ਸੋਹਣੀ ਹੋਣੀ ਚਾਹੀਦੀ ਹੈ। ਅਤੇ ਇਹ ਹੈ ਕਿ ਇਜ਼ਮਾ ਯੂਨੀਵਰਸਿਟੀ ਤੋਂ ਡਰੋ ਨਾ। ਮੈਨੂੰ ਲੱਗਾ ਆਪਾਂ ਵੀ ਤੁਸੀਂ ਵੀ ਰਿਵਿਊ ਚੈੱਕ ਕੀਤੇ ਹੈ ਨਾ, ਜੋ ਸੱਚ ਆਪਾਂ ਸੱਚਾਈ ਦੱਸਣੀ ਆਪਾਂ ਨੂੰ ਕੋਈ ਉਹ ਨਹੀਂ, ਮੈਨੂੰ ਇਹਨਾਂ ਨਾਲ ਇਜ਼ਮਾ ਨਾਲ ਕੋਈ ਤਾਲੁਕਾਤ ਆ ਜਾਂ ਮੈਨੂੰ, ਮੈਂ ਇੱਕ ਸਟੂਡੈਂਟ ਦੀ ਜੋ ਸੱਚਾਈ ਹੈ ਆਪਾਂ ਤੁਹਾਡੇ ਸਾਹਮਣੇ ਹੈ। ਇੱਥੇ ਕੋਈ ਨਾ ਇੱਥੇ ਏਜੰਟ ਫਲਾਣੇ ਬੋਲੀ ਜਾਂਦੇ ਸੀਗੇ, ਕਹੀਦੇ ਸੀ ਕਹਿੰਦੇ ਜੀ ਕਿ ਇਜ਼ਮਾ ਯੂਨੀਵਰਸਿਟੀ ਦਾ ਏ ਆਈ ਸੀ ਡਿਸੀਜ਼ਨ ਨਹੀਂ ਆਉਂਦਾ। ਇਜ਼ਮਾ ਯੂਨੀਵਰਸਿਟੀ ਜਦੋਂ ਫਾਈਲ ਲਾਉਂਦੀ ਹੈ ਉਹ ਆਪਦਾ ਇਨਵੀਟੇਸ਼ਨ ਲੈਟਰ ਮਤਲਬ ਕਿਹੜਾ ਨੰਬਰ ਹੁੰਦਾ ਉਹਨੂੰ ਕੈਂਸਲ ਕਰ ਦਿੰਦੀ ਹੈ। ਸੋ ਇਹ ਗੱਲਾਂ ਸਭ ਫਰੋਡ ਹੈ, ਸਭ ਝੂਠ ਹੈ। ਸੋ ਏ ਆਈ ਸੀ ਡਿਸੀਜ਼ਨ ਇਜ਼ਮਾ ਨੇ ਨਹੀਂ ਦੇਣਾ, ਜਿਹੜਾ ਇਨਵੀਟੇਸ਼ਨ ਲੈਟਰ ਆ ਗਿਆ ਉਹਨੂੰ ਕੈਂਸਲ ਕਿਉਂ ਕਰੂਗੀ? ਬਿਲਕੁਲ ਨਹੀਂ ਕੈਂਸਲ ਕਰਦੀ। ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ, ਬਟ ਇਹ ਜਮਾਂ ਝੂਠ ਗੱਲ ਹੈ। ਈਵਨ ਕਿ ਤੁਸੀਂ ਰਿਵਿਊ ਚੈੱਕ ਕੀਤੇ ਬਿਲਕੁਲ ਜੋ ਸੱਚ ਹੈ ਉਹਦੇ ਵਿੱਚ ਮੈਨੂੰ ਲੱਗਦਾ ਮਾੜਾ ਮੋਟਾ ਕੁਛ ਨਾ ਕੁਛ ਆਉਂਦਾ ਬਿਲਕੁਲ, ਬਟ ਇਹਦੇ ਵਿੱਚ ਡਾਇਲ ਦੀ ਗੱਲ ਨਹੀਂ ਹੈਗੀ। ਜੇ ਆਪਣੇ ਕੋਲ ਪ੍ਰੋਪਰ ਹੌਸਲਾ ਹੈਗਾ, ਜੇ ਆਪਾਂ ਇੱਕ ਇੱਕ ਚੀਜ਼ ਨੂੰ ਇੱਕ ਜਦੋਂ ਮੈਦਾਨ ਦੇ ਵਿੱਚ ਆਪਾਂ ਉਤਰ ਗਏ ਨਾ ਉਹ ਦੋ ਚੀਜ਼ਾਂ ਹੀ ਹੁੰਦੀਆਂ, ਉਹ ਗਰੰਟੀ ਕਿਸੇ ਚੀਜ਼ ਦੀ ਨਹੀਂ ਹੁੰਦੀ। ਜਾਂ ਤਾਂ ਬੰਦਾ ਹਾਰਦਾ ਅਤੇ ਜਾਂ ਬੰਦਾ ਜਿੱਤਦਾ। ਹੁਣ ਜੇ ਬੰਦਾ ਪਹਿਲਾਂ ਹੀ ਕਹੇ ਜੀ ਮੈਂ ਜਿੱਤੂੰਗਾ, ਮੇਰੇ ਅਕੋਰਡਿੰਗ ਉਹ ਨਹੀਂ। ਹੁਣ ਇੱਕ ਚੀਜ਼ ਆਪਾਂ ਕਹੀਏ ਕਿ ਮੈਂ ਤੁਹਾਨੂੰ ਕਹਾਂ ਜੀ ਇਹਦੇ ਵਿੱਚ ਤੁਹਾਡਾ ਲੋਸ ਸੀਗਾ, ਟਿਊਸ਼ਨ ਵੀ ਤੁਸੀਂ ਭਰੀ ਸੀ, ਮੈਂ ਤੁਹਾਨੂੰ ਕਹਾਂ ਵੀ ਇਹ 'ਚ ਲੋਸ ਸੀ। ਉਹ ਲੋਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਨ ਕੇਸ ਵੀਜ਼ਾ ਰਿਜੈਕਟ ਹੋ ਗਿਆ ਕਿ ਲੋਸ, ਅਸੀਂ ਨਾਲ ਖੜੇ ਹਾਂ, ਹੈ ਨਾ, ਇਹਦਾ ਮਤਲਬ ਇਹ ਨਹੀਂ। ਬਟ ਸਿਸਟਮ ਹੈ ਕਿ ਇੱਕ ਚੀਜ਼ ਨੂੰ ਇੱਕ ਗਲਤ ਰੀਪ੍ਰੈਜੈਂਟ ਕੀਤਾ। ਮੈਂ ਸਮਝ ਮੈਂ ਦੱਸ ਚੁੱਕਿਆ ਹਾਂ ਕਿ ਜੇ ਕਿਸੇ ਸਟੂਡੈਂਟ ਦੇ ਕੋਈ ਫਾਲਸ ਡਾਕੂਮੈਂਟ ਲੱਗੇ ਸੀ ਉਸ ਕਰਕੇ ਜਿਹੜਾ ਵੀਜ਼ਾ ਆਪਣਾ ਰਿਜੈਕਟ ਹੁੰਦਾ, ਜਿਸ ਕਰਕੇ ਰੀਜ਼ਨ ਲਿਖਿਆ ਜਾਂਦਾ ਕਿ ਤੁਹਾਡੇ ਡਾਕੂਮੈਂਟ ਫਾਲਸ ਲੱਗੇ ਨੇ ਤਾਂ ਹੁੰਦਾ, ਅਦਰਵਾਈਜ਼ ਇਸ ਚੀਜ਼ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ। ਬਾਕੀ ਸਾਡੇ ਸਟੂਡੈਂਟ ਇਜ਼ਮਾ ਵਿੱਚ ਬਹੁਤ ਗਏ ਹੈ, ਇਜ਼ਮਾ ਦੇ ਵਿੱਚ ਕੋਈ ਵੀ ਮਤਲਬ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤੁਸੀਂ ਕਰ ਸਕਦੇ ਹੋ। ਪਹਿਲਾਂ ਸਟਾਰਟਿੰਗ ਦੇ ਵਿੱਚ ਇਜ਼ਮਾ ਦੀ ਟਿਊਸ਼ਨ ਫੀਸ ਜਿਹੜੀ ਆਉਂਦੀ ਸੀ ਉਹ 3300 ਸੀ, ਹੁਣ 3500 ਹੋ ਗਈ ਸੀ। ਤੁਸੀਂ 3500 ਭਰੀ ਹੈ ਕਿ 3300? ਨਹੀਂ ਸਰ, 3000। ਤੁਸੀਂ 3000 ਭਰੀ ਹੈ ਤੁਸੀਂ, ਹੁਣ 3300 ਹੋ ਗਈ ਮਾਸਟਰ ਦੀ, ਮਤਲਬ 3500। ਹਾਂ ਹੁਣ ਵਧਾ ਤੀ ਇਹਨਾਂ ਨੇ ਜੀ, ਬਿਲਕੁਲ ਪਹਿਲਾਂ ਘੱਟ ਸੀਗੀ ਜੀ ਸਰ, ਅਤੇ ਬਸ ਇਹੀ ਹੈ ਕਿ ਮਾੜੀ ਜਿਹੀ ਫੀਸ ਵਧਾ ਤੀ ਅਤੇ ਬਾਕੀ ਤੁਹਾਡੇ ਸਾਹਮਣੇ। ਤੁਸੀਂ ਤੁਹਾਡਾ ਮੇਨ ਮੋਟਿਵ ਪੜ੍ਹਨਾ ਉੱਥੇ ਜਾ ਕੇ ਠੀਕ ਹੈ, ਅਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਸਾਹਮਣੇ, ਜੋ ਵੀ ਤੁਹਾਡੇ ਸਾਹਮਣੇ ਜੋ ਆਪਾਂ ਇੱਕ ਸੱਚ ਤੁਹਾਡੀ ਇੰਟਰਵਿਊ ਹੋਈ ਸੀ ਅੰਬੈਸੀ ਵਿੱਚ, ਉਹਦੇ ਵਿੱਚ ਤੁਹਾਨੂੰ ਕੀ ਕੁਐਸਚਨ ਪੁੱਟ ਕੀਤਾ ਸੀ ਉਹਨਾਂ ਨੇ? ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਮੇਰਾ ਇੰਟਰਵਿਊ ਸਰ ਪੁੱਛਿਆ ਸੀ, ਅਤੇ ਉਸ ਤੋਂ ਬਾਅਦ ਫੈਮਿਲੀ ਬਾਰੇ ਪੁੱਛਿਆ, ਫਾਦਰ ਦੀ ਓਕਿਊਪੇਸ਼ਨ, ਅਤੇ ਕਿੰਨੀ ਉਹਨਾਂ ਦੀ ਸੈਲਰੀ ਹੈ, ਐਨੂਅਲੀ ਸੈਲਰੀ, ਠੀਕ ਹੈ, ਅਤੇ ਬਸ ਇਹ ਪੁੱਛਿਆ ਸੀ, ਅਤੇ ਬ੍ਰਦਰ ਦਾ ਓਕਿਊਪੇਸ਼ਨ ਪੁੱਛਿਆ ਸੀ, ਅਤੇ ਆਈ ਕੁਐਸਚਨ ਪੁੱਛ ਕੀਤੇ ਸੀ। ਵੀ ਨੋਰਮਲ ਕੁਐਸਚਨ ਪੁੱਟ ਕੀਤੇ ਸੀ ਵੀ ਇਜ਼ਮਾ ਦੇ ਬਾਰੇ ਦੱਸੋ ਜਾਂ ਤੁਹਾਡਾ ਕੋਰਸ ਬਾਰੇ ਦੱਸੋ, ਕੋਰਸ ਪੁੱਛਿਆ ਹੋਊਗਾ, ਅਤੇ ਇਜ਼ਮਾ ਬਾਰੇ ਪੁੱਛਦਾ ਇਜ਼ਮਾ ਯੂਨੀਵਰਸਿਟੀ ਦੀ ਨੇਮ ਕਿੱਥੋਂ ਹੋਇਆ ਜਾਂ ਕੀ ਹੋਇਆ, ਵੀ ਨੋਰਮਲ ਕੁਐਸਚਨ ਪੁੱਟ ਕੀਤੇ ਨੇ ਜਿਹੜੇ ਤੁਹਾਨੂੰ ਪਤਾ ਹੈ। ਸੋ ਜੇ ਤੁਸੀਂ ਵੀ ਮਤਲਬ ਕਿ ਲਾਤਵੀਆ ਜਾਣਾ, ਹੁਣ ਇਹ ਹੈ ਕਿ ਇਸ ਟਾਈਮ ਜਿਨ੍ਹਾਂ ਦੇ ਹੁਣ ਇੱਕ ਚੀਜ਼ ਹੋਰ ਸੱਚ, ਆਪਾਂ ਇਜ਼ਮਾ ਹੀ ਕਿਉਂ ਅਪਲਾਈ ਕੀਤਾ ਸਭ ਤੋਂ ਸਵਾਲ, ਇਹ ਸਵਾਲ ਸੀ ਵੈਸੇ, ਮੈਂ ਇਹ ਆਪਾਂ ਇਜ਼ਮਾ ਹੀ ਕਿਉਂ ਯੂਜ਼ ਕੀਤਾ ਸੀ? ਸਟਾਪ ਕਰ ਦੋ, ਤੁਸੀਂ ਮੈਨੂੰ
ਸੁਜੈਸਟ ਕੀਤਾ ਸੀ ਨਹੀਂ ਨਹੀਂ ਚੱਲੀ ਜਾਂਦਾ ਸਟੋਪ ਨਾ ਕਰੋ ਸਟੋਪ ਨਾ ਕੀਤਾ ਨਹੀਂ ਨਹੀਂ ਆਪਾਂ ਇਸ ਨਾਲ ਹੀ ਕਿਉਂ ਚੂਜ਼ ਕੀਤਾ ਨਹੀਂ ਕੁਝ ਉਹਨਾਂ ਦੀ ਲਾਈਵ ਲਾਈਵ ਚੱਲਣ ਜੋ ਵੀ ਹੈ ਤੁਹਾਡੀ ਪਲੱਸ ਟੂ ਕੀਤੀ ਸੀਗੀ 2023 ਦੇ ਵਿੱਚ ਪਰਸੈਂਟ ਕਿੰਨੇ ਸੀਗੇ 69 ਤੁਸੀਂ ਪਲੱਸ ਟੂ ਕਿਹਦੇ ਕੀਤੀ ਸੀਗੀ ਆਰਟਸ ਦੇ ਨਾਲ ਇਹਦੇ ਦੋ ਰੀਜ਼ਨ ਸੀਗੇ ਤੁਹਾਨੂੰ ਸੁਜੈਸਟ ਕਰਨ ਦੇ ਸਭ ਤੋਂ ਪਹਿਲਾ ਰੀਜ਼ਨ ਤਾਂ ਇਹ ਸੀ ਕਿ ਯੂਨੀਵਰਸਿਟੀ ਆਪਣੇ ਕੋਲ ਵੱਜਦੀ ਸੀਗੀ ਰਸੇਬਾ ਜਿਹਦੀ ਟਿਊਸ਼ਨ ਫੀਸ ਆਉਂਦੀ ਸੀਗੀ 4.5 ਲੱਖ ਰੁਪਇਆ ਇਜ਼ਮਾ ਦੀ 3 ਲੱਖ ਰੁਪਇਆ ਸਭ ਤੋਂ ਪਹਿਲਾ ਰੀਜ਼ਨ ਸੀ ਆਪਣਾ ਇਜ਼ਮਾ ਸੁਜੈਸਟ ਕਰਨ ਦਾ ਕੋਈ ਤਰ੍ਹਾਂ ਦੀ ਲਾਈਫ ਚੱਲਣ ਤੋਂ ਆਪਣਾ ਕੋਈ ਆਉਣੀ ਬੜਾ ਝੂਠ ਮਾਰਨਾ ਕੋਈ ਵੀ ਇਜ਼ਮਾ ਦੀ ਫੀਸ 3 ਲੱਖ ਰੁਪਇਆ ਇਹਦੀ ਫੀਸ ਘੱਟੋ ਘੱਟ ਤੁਸੀਂ ਮੰਨੋਗੇ ਨਹੀਂ 54-54 ਯੂਰੋ ਆਉਂਦੀ ਹੈ ਰਸੇਬਾ ਦੀ ਹਾਂ ਰਸੇਬਾ ਦੀ 5400-4800 ਯੂਰੋ ਤਾਂ ਆਉਂਦੀ ਕਿਸੇ ਦੀ ਘੱਟੋ ਘੱਟ 5400 ਯੂਰੋ ਘੱਟੋ ਘੱਟ 5-5.5 ਲੱਖ ਰੁਪਏ 2 ਲੱਖ ਦਾ ਫਰਕ ਪੈਂਦਾ ਇਸ ਕਰਕੇ ਸੀ ਦੂਜਾ ਰੀਜ਼ਨ ਵੱਜਦੀ ਹੈ ਤਰੀਬਾ ਯੂਨੀਵਰਸਿਟੀ ਜਦੋਂ ਆਪਣੇ ਤੋਂ ਇਜ਼ਮਾ ਯੂਨੀਵਰਸਿਟੀ ਦੀ ਪਹਿਲੀ ਵਾਰ ਇੰਟਰਵਿਊ ਕਲੀਅਰ ਨਹੀਂ ਹੋਈ ਸੇਬਾ ਤਰੀਬਾ ਦੀ ਤਾਂ ਬਿਲਕੁਲ ਵੀ ਨਹੀਂ ਕਲੀਅਰ ਹੋਣੀ ਤਰੀਬਾ ਵਾਲੇ ਇੰਟਰਵਿਊ ਇੱਕ ਵਾਰੀ ਲੈਂਦੇ ਆ ਦੁਬਾਰਾ ਇੰਟਰਵਿਊ ਨਹੀਂ ਲੈਂਦੇ ਇਸ ਕਰਕੇ ਕੀਤਾ ਕਿਉਂਕਿ ਇਜ਼ਮਾ ਦੇ ਵਿੱਚ ਜੇ ਇਨ ਕੇਸ ਆਪਾਂ ਨੂੰ ਲੱਗਦਾ ਕਿਉਂਕਿ ਤੁਹਾਡੇ ਇੰਟਰਵਿਊ ਦੇ ਅਕੋਰਡਿੰਗ ਸਾਨੂੰ ਲੱਗਿਆ ਸੀ ਜੇ ਤੁਹਾਨੂੰ ਲੱਗਿਆ ਸੀ ਕਿ ਤੁਸੀਂ ਨਹੀਂ ਕਰ ਸਕਦੇ ਤਰੀਬਾ ਵਿੱਚ ਤਾਂ ਕੀਤਾ ਰੀਗਾ ਜੇ ਤੁਹਾਡਾ ਹੋ ਨਹੀਂ ਸਕਦਾ ਕਿਉਂਕਿ ਰੀਗਾ ਦੇ ਵਿੱਚ ਮੈਥ ਮੰਗਦੇ ਆ ਅਤੇ ਫਿਜ਼ਿਕਸ ਮੰਗਦੇ ਆ ਹਾਂ ਇਹ ਤੁਸੀਂ ਦੱਸਿਆ ਸੀ ਹੋਰ 100% ਕਹਿਣਾ ਹੁਣ ਜੇ ਆਪਾਂ ਸੇਵਾ ਕਰਦੇ ਕੀ ਆਪਾਂ 5 ਲੱਖ ਰੁਪਏ ਇਕੱਲੀ ਟਿਊਸ਼ਨ ਫੀਸ ਤੁਸੀਂ ਆਪਣਾ ਚੈੱਕ ਕਰ ਲਿਓ ਵੈਬਸਾਈਟ ਤੇ ਐਪ ਕੋਰਸ ਆ ਜਾਣਗੇ 5400 ਯੂਰੋ ਫੀਸ ਆਊਗੀ 500 ਯੂਰੋ ਅਲੱਗ ਤੋਂ ਦੂਜਾ ਰੀਜ਼ਨ ਇਹ ਸੀ ਇਜ਼ਮਾ ਦੇ ਵਿੱਚ 500 ਯੂਰੋ ਸਿਕਿਉਰਿਟੀ ਡਿਪੋਜ਼ਿਟ ਨਹੀਂ ਜਾਂਦਾ ਬਿਲਕੁਲ ਸਾਰੇ ਯੂਨੀਵਰਸਿਟੀ ਦੇ ਵਿੱਚ ਸਿਕਿਉਰਿਟੀ ਡਿਪੋਜ਼ਿਟ ਜਾਂਦਾ ਇਹ ਸਭ ਤੋਂ ਵੱਡਾ ਰੀਜ਼ਨ ਸੀ ਅਪਲਾਈ ਕਰਨ ਦਾ ਤੁਹਾਡੀ ਏਜ ਕਿੰਨੀ ਸੀ 19 ਬਸ ਹੋਰ ਕੋਈ ਰੀਜ਼ਨ ਨਹੀਂ ਇੰਟਰਵਿਊ ਕਰਕੇ ਸੀ ਹੁਣ ਫਰਵਰੀ ਡੇਟ ਦੇ ਵਿੱਚ ਇਜ਼ਮਾ ਯੂਨੀਵਰਸਿਟੀ ਓਪਨ ਹੈ ਜਿਹਦੇ ਕੋਈ 52 ਨੇ 48 ਮਤਲਬ ਕਿ 52-48 ਨਹੀਂ ਘੱਟੋ ਘੱਟ 50 ਤੋਂ ਉੱਪਰ ਹੋਣ ਉਹ 100% ਆਪਣਾ ਅਪਲਾਈ ਕਰ ਸਕਦੇ ਨੇ ਇਜ਼ਮਾ ਯੂਨੀਵਰਸਿਟੀ ਦੇ ਵਿੱਚ ਪਰ ਮੈਂ ਤੁਹਾਨੂੰ ਦੱਸਿਆ ਕਿ ਤਿੰਨੇ ਗੱਲਾਂ ਨੂੰ ਕਲੀਅਰ ਤੁਹਾਨੂੰ ਬਿਲਕੁਲ ਲਾਈਵ ਦੇ ਵਿੱਚ ਹੀ ਮੈਂ ਕਰਤੀਆਂ ਅਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਵੈਸੇ ਬਹੁਤ ਕੁਛ ਕਹਿ ਤਾਂ ਮਿਲਦਾ ਹੋਰ ਜੋ ਸੱਚਾਈ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਇੰਟਰਵਿਊ ਤੋਂ ਨਾ ਡਰੋ ਬਹੁਤ ਈਜ਼ੀ ਕੁਐਸਚਨ ਆਉਂਦੇ ਆਰਾਮ ਨਾਲ ਇੰਟਰਵਿਊ ਕਲੀਅਰ ਹੋ ਜਾਊਗਾ ਤੇ ਕੰਫੀਡੈਂਸ ਪੂਰਾ ਰੱਖੋ ਇੰਟਰਵਿਊ ਹੋ ਜਾਊਗਾ ਕਲੀਅਰ ਬਸ ਕੰਫੀਡੈਂਸ ਬਾਲਾ ਵੀ ਨਾ ਰੱਖਿਓ ਕਿਤੇ ਮੁੜ ਕੇ ਬਾਲਾ ਕੰਫੀਡੈਂਸ ਵੀ ਖਰਾਬ ਕਰ ਦਿੰਦਾ ਹੁੰਦਾ ਮੈਨੂੰ ਪਤਾ ਇੱਕ ਮੁੰਡਾ ਨੂੰ ਇਸ ਸਟੂਡੈਂਟ ਨੇ ਬਹੁਤ ਜ਼ਿਆਦਾ ਕੰਫੀਡੈਂਸ ਕਰ ਲਿਆ ਉਹ ਪੁੱਛੇ ਕੁਛ ਹੋਰ ਜਾਵੇ ਜ਼ਿਆਦਾ ਸੁਣਾਉਣ ਲੱਗ ਗਿਓ ਕੰਫੀਡੈਂਸ ਇੱਕ ਇਸ ਤਰ੍ਹਾਂ ਦਾ ਹੋਵੇ ਜਿਹੜਾ ਕਿ ਇੱਕ ਨੋਰਮਲ ਬੰਦੇ ਨੂੰ ਪਤਾ ਲੱਗੇ ਕਿ ਬੰਦਾ ਕਿ ਜੈਨੂਨ ਹੈ ਇੱਕ ਨੋਰਮਲ ਗੱਲ ਕਰ ਰਿਹਾ ਜੇ ਆਪਾਂ ਜ਼ਿਆਦਾ ਇੱਕ ਕਰਾਂਗੇ ਉਹ ਜ਼ਿਆਦਾ ਓਵਰ ਕੰਫੀਡੈਂਸ ਵੀ ਖਰਾਬ ਕਰਦਾ ਅਤੇ ਬਸ ਇਹ ਤੁਹਾਡੇ ਸਾਹਮਣੇ ਹੈ ਕਿ ਇਜ਼ਮਾ ਯੂਨੀਵਰਸਿਟੀ ਦਾ ਵੀਜ਼ਾ ਤੁਹਾਡੇ ਸਾਹਮਣੇ ਹੈ ਅਤੇ ਇਹ ਮੈਂ ਦੱਸਿਆ ਕਿ ਇਹਨੇ ਇਸ ਯੂਨੀਵਰਸਿਟੀ ਵਿੱਚ ਅਪਲਾਈ ਸਿਰਫ ਉਹਨਾਂ ਨੂੰ ਕਰਨਾ ਚਾਹੀਦਾ ਨੰਬਰ ਇੱਕ ਜਿਨ੍ਹਾਂ ਦੇ ਪਰਸੈਂਟੇਜ ਘੱਟ ਹੈ ਜਿਨ੍ਹਾਂ ਦੇ ਪਰਸੈਂਟੇਜ 52 ਨੇ 48 ਮਤਲਬ ਕਿ 48 ਨਹੀਂ 48 ਕਿਉਂ 50 ਤੋਂ ਉੱਪਰ ਨੇ 52-53-54-56 ਜਿੰਨੇ ਵੀ ਹੋਣ 50 ਤੋਂ ਉੱਪਰ ਹੋਣ ਨੰਬਰ 2 ਜਿਨ੍ਹਾਂ ਦੀ ਏਜ ਦਾ ਕੋਈ ਚੱਕਰ ਹੈ ਮੰਨ ਲਓ ਜਿਨ੍ਹਾਂ ਦੀ ਏਜ ਮੰਨ ਲਓ ਬੈਚਲਰ ਲਈ ਆਪਾਂ ਅਪਲਾਈ ਕਰਦੇ ਹਾਂ ਦੂਜੀ ਯੂਨੀਵਰਸਿਟੀਆਂ ਦੇ ਵਿੱਚ 23 ਸਾਲ ਦੀ ਏਜ ਮੰਗਦੇ ਆ 24 ਸਾਲ ਦੀ ਏਜ ਮੰਗਦੇ ਆ ਇਹ 'ਚ ਏਜ ਦਾ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਏਜ ਹੋਵੇ ਅਤੇ ਤੀਜਾ ਬਸ ਪਰਸੈਂਟੇਜ ਆ ਤਾਂ ਏਜ ਹੈ ਹੋਰ ਇਸ ਦੇ ਵਿੱਚ ਕੋਈ ਚੱਕਰ ਨਹੀਂ ਜੇ ਤੁਹਾਨੂੰ ਲੱਗਦਾ ਅਪਲਾਈ ਕਰੋ ਅਦਰਵਾਈਜ਼ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕਹੋਗੇ ਜੀ ਮੈਨੂੰ ਗਰੰਟੀ ਦਿਓ ਉਹ ਸਿਸਟਮ ਗਰੰਟੀ ਨਹੀਂ
ਮਿਹਨਤ ਤੁਹਾਡੀ ਹੈ, ਜੇ ਤੁਸੀਂ ਮਿਹਨਤ ਕਰੋਗੇ ਵੀਜ਼ਾ ਆਊਗਾ, ਅਦਰਵਾਈਜ਼ ਨਹੀਂ ਆਉਂਦਾ। ਅਤੇ ਬਸ ਥੈਂਕ ਯੂ ਸੋ ਮੱਚ, ਅਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਦੂਰੋਂ ਆਏ। ਅਤੇ ਬਾਵੇਸ਼ ਇਹਨਾਂ ਦੀ ਫਾਈਲ ਲੱਗੀ ਹੋਈ ਹੈ ਸਾਡੇ ਕੋਲ, ਅਤੇ ਰਿਜ਼ਲਟ ਹਜੇ ਪੈਂਡਿੰਗ ਹੈ, ਅਤੇ ਦੇਖਦੇ ਹਾਂ ਕੀ ਬਣਦਾ ਹੈ। ਅਤੇ ਕੋਈ ਨਹੀਂ, ਤੁਹਾਡੀ ਵੀਡੀਓ ਨਹੀਂ ਲੈਂਦੇ ਸੀ ਬਾਈ, ਜੇ ਤੁਸੀਂ ਕਹੋਗੇ ਤਾਂ। ਅਤੇ ਤੁਸੀਂ ਦੱਸੋ ਤੁਹਾਡੀ ਕੀ ਕਿਵੇਂ ਲੱਗੀ ਸਰਵਿਸ, ਤੁਹਾਡੀ ਫਾਈਲ ਲੱਗੀ ਹੋਈ ਜੋ ਵੀ ਮਤਲਬ। ਸਰਵਿਸ ਸਰ ਦੀ ਬਹੁਤ ਵਧੀਆ ਹੈ, ਕਿ ਮੈਡਮ ਇੰਟਰਵਿਊ ਬਹੁਤ ਚੰਗਾ ਕਰਵਾ ਰਹੀ ਹੈ, ਲੇਕਿਨ ਦਿੱਲੀ ਦੋ ਟਾਈਮ ਕਾਲ ਕਰਦੀ ਹੈ ਮੈਡਮ, ਕੁਸ਼ਚਨ ਵੀ ਦਿੱਤੇ ਸਰ ਨੇ, ਮਤਲਬ ਸਭ ਚੀਜ਼ ਬੈਸਟ ਹੈ। ਅਤੇ ਮੇਨ ਗੱਲ ਤਾਂ ਇੰਟਰਵਿਊ ਦੀ ਹੈ, ਇੰਟਰਵਿਊ ਤੋਂ ਡਰੋ ਨਾ, ਕੋਨਫੀਡੈਂਸ ਰੱਖੋ। ਬਸ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ, ਉੱਥੇ ਤੁਹਾਨੂੰ ਕੋਈ ਮਰਜ਼ੀ ਆ ਜਾਵੇ ਸਭ ਕੁਛ ਭੁੱਲ ਜਾਓ, ਠੀਕ ਹੈ। ਅਤੇ ਇੰਟਰਵਿਊ ਕਲੀਅਰ ਕਰਨੀ ਹੈ, ਆਪਦੀ ਵਧੀਆ ਕੜੀ ਚਾਹ ਪੀ ਕੇ ਜਾ ਵੜਿਓ, ਨੀਂਦ ਨੂੰ ਨਾ ਆਵੇ, ਬਸ ਬੰਦਾ ਐਂ ਬੈਠ ਜਾਓ ਵੀ ਜਿਹੜਾ ਮਰਜ਼ੀ ਆ ਜਾਵੇ ਮੈਂ ਆਪਣੇ ਕਰਨਾ। ਇੱਕ ਸਭ ਤੋਂ ਮੇਨ ਸਵਾਲ, ਤੁਹਾਡੀ ਤੋਂ ਇੰਟਰਵਿਊ ਹੋਊਗੀ ਨਾ, ਉਹਨਾਂ ਨੇ ਇੱਕ ਦੋ ਸਵਾਲ ਰਾਜ ਮਾੜਾ ਦਊਂਗਾ, ਪਲੀਜ਼ ਮੈਨੂੰ ਮੈਂ ਕਰਾਂ ਸ਼ੋਰ ਨਹੀਂ ਮੈਂ ਕੋਈ ਜਿਹੜੀ ਇੰਟਰਵਿਊ ਤੁਹਾਡੀ ਹੋਊਗੀ ਨਾ, ਉਹ ਇੰਟਰਵਿਊ ਦੇ ਵਿੱਚ ਨਾ ਉਹਨਾਂ ਨੇ ਦੋ ਸਵਾਲ ਤੁਹਾਨੂੰ ਜ਼ਰੂਰ ਪੁੱਛਣਗੇ। ਹੁਣ ਜਿਵੇਂ ਤੁਹਾਡੀ ਕਲਾਸਾਂ ਸਟਾਰਟ ਹੋ ਗਈਆਂ, ਤੁਹਾਡੀ ਜਿਹੜੀ ਕਲਾਸਾਂ ਸਟਾਰਟ ਹੋਈਆਂ, ਉਹ ਕਲਾਸਾਂ ਦੇ ਵਿੱਚ ਨਾ ਤੁਹਾਨੂੰ ਉਹ ਪੁੱਛਣਗੇ ਉਹ ਵੀ ਤੁਸੀਂ ਇਸ ਟਾਈਮ ਤੁਸੀਂ ਕੀ ਪੜ੍ਹ ਰਹੇ ਹੋ। ਮੈਂ ਤੁਹਾਨੂੰ ਸੱਚ ਦੱਸਾਂ, ਤੁਹਾਨੂੰ ਪੱਕਾ ਪੁੱਛਣਗੇ ਤੁਸੀਂ ਕਲਾਸਾਂ, ਤੁਹਾਡੀ ਕਲਾਸ ਹੁਣ ਮੈਂ ਲਿੰਕ ਤੁਸੀਂ ਲੈ ਜਾਓ, ਤੁਹਾਡੀ ਕਲਾਸਾਂ ਸਟਾਰਟ ਹੋ ਗਈਆਂ ਇਸ ਟਾਈਮ, ਤੁਹਾਡੀ ਇਸ ਵਾਰ ਲੋੜੀ, ਤੁਹਾਨੂੰ ਪੁੱਛਣ ਤੁਹਾਡੀ ਕਲਾਸਾਂ ਸਟਾਰਟ ਹੋ ਗਈਆਂ, ਤੁਸੀਂ ਕੀ ਪੜ੍ਹ ਰਹੇ ਹੋ, ਤੁਸੀਂ ਉਹਨਾਂ ਨੂੰ ਪੜਾਂ ਦੀ ਮੈਂ ਨਹੀਂ ਕਹਿੰਦਾ ਗੱਪ ਸੁਣਾ ਦਿਓ, ਤੁਸੀਂ ਸੁਣਾਉਣਾ, ਪਰ ਹਰ ਹਾਲਤ ਵਿੱਚ ਰੁਕਣਾ ਨਹੀਂ, ਜੇ ਰੁਕ ਗਏ ਤਾਂ ਸਮਝ ਲਓ ਕਿ ਕੰਮ ਹੋ ਗਿਆ। ਦੂਜੀ ਚੀਜ਼, ਕਿਹੜੇ ਕਿਹੜੇ ਸਕੋਰ ਸਬਜੈਕਟ ਹੈ, ਕਿਹੜੇ ਕਿਹੜੇ ਸਬਜੈਕਟ ਦਾ ਕੀ ਨਾਮ ਹੈ, ਮਤਲਬ ਕਿ ਇਜ਼ਮਾ ਦੇ ਨਾਲ ਨਾਲ ਇੱਕ ਇਜ਼ਮਾ ਦੀ ਫੁੱਲ ਫਾਰਮ ਕੀ ਹੈ। ਹੁਣ ਆਪਾਂ ਨੂੰ ਕਈਆਂ ਨੂੰ ਇਜ਼ਮਾ ਪੜ੍ਹਦੇ ਹੀ ਨਹੀਂ, ਕਦੋਂ ਫਾਊਂਡ ਹੋਈ ਹੈ, ਮਤਲਬ 1994 ਚ ਹੋਈ ਹੈਗੀ, ਇਹ ਚੀਜ਼ਾਂ ਨੂੰ ਪੜ੍ਹਨਾ ਜ਼ਰੂਰੀ। ਆਪਣਾ ਪ੍ਰੋਫੈਸਰ ਦੇ ਨਾਂ ਵੀ ਰੱਟੇ ਮਾਰ ਰਹੇ, ਉੱਥੇ ਜਾ ਕੇ ਭੁੱਲ ਜਾਓ, ਕੋਈ ਚੱਕਰ ਨਹੀਂ, ਆਪਾਂ ਵੀਜ਼ਾ ਲੈਣਾ। ਵੀ ਮੈਂ ਸੱਚ ਤੁਹਾਨੂੰ ਦੱਸਾਂ, ਕਲਾਸਾਂ 'ਤੇ ਨਾ ਜਿਹੜੀ ਕੋਰਸ ਹੈ, ਯੂਨੀਵਰਸਿਟੀ ਜਿਹੜੀ ਕਿਹੜਾ ਕਿਹੜਾ ਕੋਰਸ ਹੈ, ਸਬਜੈਕਟ ਹੈ, ਉਹਨਾਂ 'ਤੇ ਠੋਕ ਕੇ ਉਹਨਾਂ ਨੂੰ ਸਮਝਾ ਦਿਓ, ਮੈਂ ਗਰੰਟੀ ਕਰਦਾ ਕੋਈ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਕਰ ਸਕਦਾ। ਉਹ ਵੀ ਇਹੋ ਜਿਹੀਆਂ ਗੱਲਾਂ ਸਮਝਾ ਦਿਓ ਜਿਹੜੀ ਚੀਜ਼ ਉਹਨਾਂ ਨੂੰ ਪਤਾ ਨਾ ਹੋਵੇ, ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਮਤਲਬ ਕਿ ਪਤਾ ਹੁੰਦਾ, ਪਰ ਉਹਨਾਂ ਨੇ ਮੇਨ ਕੋਨਫੀਡੈਂਸ ਲੈਵਲ ਚੈੱਕ ਕਰਨਾ। ਤੁਹਾਡੀ ਇੰਟਰਵਿਊ ਹੈਗੀ 30 ਦਿਨ ਨੂੰ ਅਪੁਆਇੰਟਮੈਂਟ, ਉਸ ਤੋਂ ਬਾਅਦ ਇੰਟਰਵਿਊ ਆ ਜੀ ਸਰ, ਬਸ ਕੋਈ ਨਹੀਂ ਦੇਖਦੇ ਹਾਂ, ਹੋਊਗਾ 100% ਹੋਊਗਾ 100%, ਇੰਟਰਵਿਊ ਪੜਾਉ ਤਿੰਨ ਵਾਰੀ ਕਰ ਲਿਓ ਸਾਡੀ, ਕੋਈ ਚੱਕਰ ਨਹੀਂ। ਚਲੋ ਠੀਕ, ਬਸ ਆਹੀ ਚੀਜ਼ਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ, ਇਹ ਚੀਜ਼ਾਂ ਹੈਗੀਆਂ। ਇੰਟਰਵਿਊ ਦੇ ਦੱਬ ਕੇ ਜ਼ੋਰ ਲਾਓ ਜਿੰਨਾ ਲਾ ਸਕਦੇ, ਮੇਨ ਵੀਜ਼ਾ ਇੰਟਰਵਿਊ ਨੂੰ ਆਉਣਾ, ਅਸੀਂ ਵੀਜ਼ਾ ਲੈ ਕੇ ਦੇਣਾ। ਜੇ ਇੰਟਰਵਿਊ ਨਹੀਂ ਸਹੀ ਹੈਗੀ ਤਾਂ ਇੱਥੇ ਆਪਣੇ ਉਹ ਨਾ ਮਤਲਬ ਕਿ ਪਾਸਪੋਰਟ ਰੱਖ ਲੈਂਦੇ, ਮੰਨ ਲਓ ਵੀ ਹੁਣ ਉਹਨਾਂ ਦੀ ਜਮ ਫਾਈਲ ਲੱਗ ਗਈ, ਉਹਨਾਂ ਦੀ ਫਾਈਲ ਲੱਗੀ ਨੂੰ ਹੋ ਗਏ ਮਤਲਬ 20-25 ਦਿਨ ਹੋ ਗਏ, ਅਤੇ ਉਹ ਅੰਬੈਸੀ ਨੂੰ ਕੋਲੋਂ ਕਰਕੇ ਕਹਿੰਦਾ ਮੈਨੂੰ ਤੁਸੀਂ ਮੇਰਾ ਪਾਸਪੋਰਟ ਮੋੜ ਦਿਓ, ਮੇਰਾ ਤੁਸੀਂ ਪਾਸਪੋਰਟ ਰੱਖ ਕੇ ਬਹਿ ਗਏ। ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਮੇਰਾ ਪਾਸਪੋਰਟ ਮੋੜੋ, ਅੱਗੇ ਮੈਨੂੰ ਪਤਾ ਮੇਰਾ ਡਿਸੀਜਨ ਕੀ ਆਉਣਾ, ਮੇਰਾ ਪਾਸਪੋਰਟ ਮੋੜ ਦਿਓ। ਤੁਸੀਂ ਤੁਹਾਡਾ ਡਿਸੀਜਨ ਚ ਇੱਕ ਦਿਨ ਚਾਹੇ, ਜੇ 10 ਦਿਨ ਚ, ਜੇ ਮਹੀਨੇ ਚਾਹੇ, ਤੁਸੀਂ ਅੰਬੈਸੀ ਨੂੰ ਕਿਸੇ ਨਹੀਂ ਚੈਲੇਂਜ ਕਰ ਸਕਦੇ ਮੈਨੂੰ ਮੇਰਾ ਪਾਸਪੋਰਟ ਮੋੜੋ। ਸੋ ਇਹ ਚੀਜ਼ਾਂ, ਸੋ ਜੋ ਵੀ ਡਿਸੀਜਨ ਹੈ ਅੰਬੈਸੀ ਨੇ ਦੇਣਾ, ਅਤੇ ਥੈਂਕ ਯੂ ਸੋ ਮਚ।